ਐਵਰੇਜ ਨਹੀਂ ਗੱਡੀ ਕਦੀ ਇਹਦੀ, ਤੇਲ ਖੁੱਲੇ ਹੀ ਛੱਡੇ ਬਸ। ਚੱਲ ਅੱਜ ਪਤਾ ਲੱਗ ਜੂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਦੁੱਧ ਦਾ ਦੁੱਧ ਨਹੀਂ, ਇਹਨੂੰ ਪਿਆ ਹੀ ਦੁੱਧ ਆ, ਪਾਣੀ ਪਿਆ ਹੀ ਨਹੀਂ ਇਹਦੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਆਈ ਹੋ ਵਧੀਆ ਹੋਵੋਗੇ, ਤੁਸੀਂ ਸਾਰੇ ਘੈਂਟ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ, ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ। ਅਤੇ ਪਿਛਲੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਸੋਨਾਲੀਕਾ DI-60 ਟਰੈਕਟਰ ਦੀ, ਕੰਪਿਊਟਰ ਕਰਾ ਅਤੇ ਐਵਰੇਜ ਕੱਢ ਕੇ ਦਿਖਾਈ ਸੀ ਤੁਹਾਨੂੰ। ਅਤੇ ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ, ਅੱਜ ਆਪਾਂ ਗੱਲ ਕਰਦੇ ਹਾਂ ਸਵਰਾਜ 855 ਦੀ, ਹੈਰੋਂ 'ਤੇ ਐਵਰੇਜ ਕੱਢ ਕੇ ਤੁਹਾਨੂੰ ਦਿਖਾਵਾਂਗੇ। 9-9 ਦੀ ਹੈਰੋਂ ਆ ਅਤੇ ਐਵਰੇਜ ਕੱਢ ਕੇ ਦਿਖਾਵਾਂਗੇ ਤੁਹਾਨੂੰ। ਅਤੇ ਤੇਲ ਨਾਪਦੇ ਹਾਂ, 1 ਘੰਟੇ ਦੇ ਹਿਸਾਬ ਨਾਲ ਵੀ ਕੱਢਾਂਗੇ, ਅਤੇ 3 ਕਿੱਲੇ ਥਾਂ ਵਾ, ਅਤੇ ਲਾਸਟ ਦੇ ਵਿੱਚ ਦੱਸਾਂਗੇ ਪਾਰਟ ਪਾ ਕੇ ਕਿੰਨਾ ਤੇਲ ਖਾਧਾ ਵਾ। ਅਤੇ ਤੇਲ ਨਾਪਦੇ ਹਾਂ ਅਤੇ ਸਟਾਰਟ ਕਰਦੇ ਹਾਂ ਟਰੈਕਟਰ, ਆ ਜਾਓ ਲੈ ਚੱਲ। ਲੀਟਰ ਹੈ 38। ਲਓ ਜੀ, 38 ਲੀਟਰ ਤੇਲ ਆ, ਆਹ ਸਾਹਮਣੇ 35 ਦਾ ਕੱਟ ਆ ਅਤੇ 3 ਲੀਟਰ ਉੱਤੇ ਆ, 38 ਲੀਟਰ ਤੇਲ ਆ। ਅਤੇ ਟਾਈਮ ਦਿਖਾ ਦਿੰਦੇ ਕਿੰਨਾ ਹੋ ਗਿਆ, 8:01 ਹੋ ਗਿਆ, ਫੋਨ ਸਿੱਧਾ ਕਰ। 8:01 ਹੋ ਗਿਆ, ਅਤੇ ਪਿੱਛੇ ਦਿਖਾ ਦਈਏ, ਅਮਰੀਕ ਬਟਾਲਾ ਦੀ ਹੈਰੋਂ ਆ, ਅਤੇ ਲਗਭਗ 3-4 ਕੱਟ ਹੀ ਬਚੇ ਆ, ਪਿੱਛੇ ਪੂਰੀ ਖੁੱਲ੍ਹੀ ਆ। ਅਤੇ RPM ਦਿਖਾ ਦਿੰਦੇ ਹਾਂ ਤੁਹਾਨੂੰ ਕਿੰਨੇ 'ਤੇ ਆ, 'ਚ ਜੀ ਪਿਛਲੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਸੋਨਾਲੀਕਾ ਟਰੈਕਟਰ ਦੀ ਕੰਪਿਊਟਰ ਕਰਾ ਅਤੇ ਐਵਰੇਜ ਕੱਢ ਕੇ ਦਿਖਾਈਏ ਘੰਟੇ ਦੇ ਹਿਸਾਬ ਨਾਲ। ਅਤੇ 4 ਲੀਟਰ ਤੇਲ ਖਾਧਾ ਸੀ ਉਹਨੇ, ਬਹੁਤ ਹੀ ਵਧੀਆ ਤੇਲ ਖਾਂਡਿਆ ਸੀ ਸੋਨਾਲੀਕਾ ਟਰੈਕਟਰ ਕੰਪਿਊਟਰ ਕਰਾ ਤੇ। ਅਤੇ ਹੁਣ ਤੁਹਾਨੂੰ ਅੱਜ ਸਵਰਾਜ 855 ਹੈਰੋਂ 'ਤੇ ਐਵਰੇਜ ਕੱਢ ਕੇ ਦਿਖਾਵਾਂਗੇ, 9-9 ਦੀ ਹੈਰੋਂ ਅਮਰੀਕ ਬਟਾਲਾ ਦੀ, ਅਤੇ ਪਿੱਛੇ 3-4 ਕੱਟ ਹੀ ਬਚੇ ਆ, ਬਾਕੀ ਪੂਰੀ ਹੈਰੋਂ ਖੁੱਲ੍ਹੀ ਆ। ਅਤੇ 1700 RPM 'ਤੇ ਚੱਲਣ ਡਿਆ ਟਰੈਕਟਰ ਪਹਿਲੇ ਹਾਈ ਦੇ ਵਿੱਚ, ਅਤੇ 1 ਘੰਟੇ ਬਾਅਦ 8:01 'ਤੇ ਚਾਲੂ ਕਰ ਦਿੱਤਾ ਸੀ ਆਪਾਂ। ਅਤੇ 3 ਕਿੱਲੇ ਦਾ ਪਲਾਟ ਆ ਪੂਰਾ ਆ ਜਿਹੜਾ, ਅਤੇ ਆਪਾਂ ਤੁਹਾਨੂੰ ਅੱਜ 1 ਘੰਟੇ ਦੇ ਹਿਸਾਬ ਨਾਲ ਅਤੇ 1 ਏਕੜ ਦੇ ਹਿਸਾਬ ਨਾਲ ਵੀ ਐਵਰੇਜ ਕੱਢ ਕੇ ਦਿਖਾਵਾਂਗੇ ਕਿ ਕਿੰਨਾ ਤੇਲ ਖਾਂਦਾ 1 ਘੰਟੇ ਦੇ ਵਿੱਚ। 8:01 'ਤੇ ਚਾਲੂ ਕਰ ਦਿੱਤਾ ਸੀ ਆਪਾਂ, ਅਤੇ 9:01 'ਤੇ ਐਵਰੇਜ ਕੱਢਾਂਗੇ, ਗੇਜ ਮਾਰਾਂਗੇ ਦੁਬਾਰਾ। 38 ਲੀਟਰ ਤੇਲ ਹੀ, 35 ਤੋਂ 3 ਲੀਟਰ ਉੱਤੇ 38, 38 ਲੀਟਰ ਤੇਲ ਹੀ, ਅਤੇ 9:01 'ਤੇ ਨਾਪਾਂਗੇ ਕਿੰਨਾ ਤੇਲ ਖਾ ਗਿਆ। ਅਤੇ ਬਣੇ ਰਹੋ ਵੀਡੀਓ ਦੇ ਵਿੱਚ, ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ, ਵੀਡੀਓ ਲਾਸਟ ਤੱਕ ਵੇਖਿਓ।
ਜ਼ਿਆਦਾ ਜ਼ਿਆਦਾ ਸਪੋਰਟ ਕਰੋ ਵੀਡੀਓ ਨੂੰ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦ ਤੋਂ ਜਲਦ ਸਬਸਕ੍ਰਾਈਬ ਕਰ ਲਓ, ਅਤੇ ਜਿਹੜੇ ਸੁਣ ਸਵਰਾਜ 855 ਨੂੰ ਜ਼ਿਆਦਾ ਪਿਆਰ ਕਰਦੇ ਆ ਉਹ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸਪੋਰਟ ਕਰਿਓ। ਹੋਰ ਵੀ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦਾ ਰਹਾਂਗੇ, ਜਿਹੜੇ ਸਵਰਾਜ ਦੇ ਲਵਰ ਆ ਉਹ ਜ਼ਿਆਦਾ ਜ਼ਿਆਦਾ ਸਪੋਰਟ ਕਰਨ, ਚਾਹੇ ਤੁਹਾਨੂੰ ਐਵਰੇਜ ਕੱਢ ਕੇ ਖਾਵਾਂਗੇ ਹੈਰੋਂ ਦੇ 9-9 ਦੀ, ਅਤੇ ਕਿੰਨਾ ਤੇਲ ਖਾਂਦਾ ਇੱਕ ਘੰਟੇ ਬਾਅਦ ਗੇਜ ਮਾਰਾਂਗੇ ਆਪਾਂ। ਪਹਿਲਾਂ ਟਰੈਕਟਰ ਚੱਕਰ ਲੈ ਕੇ ਆਉਣ ਡਿਆ ਵਾ, ਅਤੇ ਲੰਮਾ ਹੀ ਪਲਾਟ ਹੈ 3 ਕਿੱਲਿਆਂ ਦਾ ਉਹ ਉੱਥੋਂ ਤੱਕ। ਪਟਿਆ ਵੀ ਫੁੱਲ ਡਾਊਨ ਕੀਤੀ ਆ, ਲਿਫਟ ਪੂਰੀ ਫੁੱਲ ਡਾਊਨ ਆ ਥੱਲੇ, ਅਤੇ ਜੇ ਆਪਾਂ ਕਹਿ ਦਈਏ ਕਿ ਹੈਰੋਂ ਪੂਰੀ ਖੁੱਲ੍ਹੀ ਆ ਅਤੇ ਲਿਫਟ ਉੱਠੀ ਆ ਤਾਂ ਉਹ ਵੀ ਗੱਲ ਨਹੀਂ ਗੀ, ਲਿਫਟ ਵੀ ਪੂਰੀ ਫੁੱਲ ਡਾਊਨ ਆ। ਅਤੇ ਬਸ ਇੰਤਜ਼ਾਰ ਦੀਆਂ ਘੜੀਆਂ ਥੋੜ੍ਹੇ ਟਾਈਮ ਬਾਅਦ ਖਤਮ ਹੋਣ ਵਾਲੀਆਂ ਵਾ, ਕਿਉਂਕਿ 10-15 ਮਿੰਟ ਹੀ ਬਚੇ ਆ, ਉਹ ਤੋਂ ਬਾਅਦ ਗੇਜ ਮਾਰ ਕੇ ਵੇਖਾਂ ਕਿੰਨਾ ਕੁ ਡੀਜ਼ਲ ਖਾ ਗਿਆ। ਅਤੇ ਪੈਲੀ ਵੀ ਲਗਭਗ ਅੱਧੀ ਤੋਂ ਜ਼ਿਆਦਾ ਵਾਹ ਦਿੱਤੀ ਹੈ, ਇੰਨਾ ਕੁ ਥਾਂ ਬਚਿਆ ਇੱਧਰ ਵਾਹੁਣ ਵਾਲਾ, ਅਤੇ ਇੱਧਰ ਸਭ ਵਾਹ ਦਿੱਤੀ ਹੈ। ਲਓ ਜੀ 5-7 ਮਿੰਟਾਂ ਤੱਕ ਇਹਦਾ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਵਾ, ਅਤੇ ਕਿੰਨਾ ਕੁ ਤੇਲ ਖਾਣ ਡਿਆ ਘੰਟੇ ਦੇ ਵਿੱਚ। ਅਤੇ ਸੋਨਾਲੀਕਾ ਬਾਰੇ ਲੋਕਾਂ ਨੇ ਐਵੇਂ ਅਫਵਾਹ ਉਡਾਈ ਹੈ ਕਿ ਜ਼ਿਆਦਾ ਤੇਲ ਖਾਂਦਾ ਵਾ, 4 ਲੀਟਰ ਅਤੇ ਕੰਪਿਊਟਰ ਕਰਾ ਦੇ ਖਾਣ ਡਿਆ ਵਾ ਘੰਟੇ ਦੇ ਅੰਦਰ। ਅਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਐਵੇਂ ਝੂਠ ਫਵਾਵਾਂ ਨਾ ਉਡਾਇਆ ਕਰੋ। ਅਤੇ ਅੱਜ ਆਪਾਂ ਸਵਰਾਜ ਜੀ ਤੁਹਾਨੂੰ ਦੱਸਾਂਗੇ ਘੰਟੇ ਦੇ ਕਿੰਨਾ ਖਾ ਰਿਹਾ, 5-7 ਮਿੰਟਾਂ ਤੱਕ ਹੋਰ ਹੀ ਮਾਰ ਰਿਹਾ ਗੇਜ ਅਤੇ ਤੁਹਾਨੂੰ ਦੱਸਦੇ ਹਾਂ ਕਿੰਨਾ ਤੇਲ ਖਾਧਾ ਇਹਨੇ। 5 ਕੁ ਮਿੰਟ ਰਹਿ ਗਏ ਹੋਰ, 5 ਮਿੰਟ ਬਾਅਦ ਨਾਪਦੇ ਹਾਂ ਘੰਟੇ ਕਿੰਨਾ ਤੇਲ ਖਾ ਗਿਆ ਹੈ। 38 ਲੀਟਰ ਤੇਲ ਸੀ, ਅਤੇ ਗੇਜ ਮਾਰਨ ਤੋਂ ਬਾਅਦ ਪਤਾ ਲੱਗੂਗਾ ਕਿੰਨਾ ਬਚਿਆ। ਅਤੇ ਵੀਡੀਓ ਲਾਸਟ ਤੱਕ ਵੇਖਿਓ, ਬਹੁਤ ਇੰਟਰਸਟਿੰਗ ਹੋਣ ਵਾਲੀ ਆ। ਲਓ ਜੀ ਪੂਰਾ 1 ਘੰਟਾ ਹੋ ਗਿਆ ਵਾ, ਅਤੇ ਟਰੈਕਟਰ ਆ ਗਿਆ ਆਪਣੇ ਲਾਗੇ, ਅਤੇ ਗੇਜ ਮਾਰਦੇ ਹਾਂ ਚੈੱਕ ਕਰਦੇ ਹਾਂ ਕਿੰਨਾ ਤੇਲ ਖਾ ਗਿਆ। ਅਤੇ ਪੂਰਾ 1 ਘੰਟਾ ਹੋ ਗਿਆ, ਅਤੇ ਗੇਜ ਮਾਰ ਕੇ ਦੇਖਦੇ ਹਾਂ ਕਿ ਕਿੰਨਾ ਤੇਲ ਖਾ ਗਿਆ। 38 ਲੀਟਰ ਤੇਲ ਸੀ, 38, ਅਤੇ ਵੇਖਦੇ ਹਾਂ ਕਿੰਨਾ ਬਚਿਆ 1 ਘੰਟੇ ਕਿੰਨਾ ਤੇਲ ਖਾ ਗਿਆ।
ਤੇਲ ਹਿੱਲਦਾ ਨਾ ਫਿਰ ਹਿੱਲਦਾ ਆ 2000 ਰੁਪਏ ਇਹ ਮੇਰਾ ਹਿੱਲਣ ਡਿਆ ਤੇਲ ਹੁਣ ਤੇ ਰੁਕ ਗਿਆ ਨਾ ਚੱਲ ਅੱਜ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਦੁੱਧ ਦਾ ਦੁੱਧ ਨੀ ਇਹਨੂੰ ਪਿਆ ਦੁੱਧ ਆ ਪਾਣੀ ਪਿਆ ਹੀ ਨੀ ਲਓ ਜੀ ਮਾਰਦੇ ਆ ਗੇਜ ਤੇ ਵੇਖਦੇ ਆ ਕਿੰਨਾ ਕੁ ਬਚਿਆ ਵਾ ਥੱਲੇ ਕਰ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅੜਤੀ ਪੈਂਤੀ ਛੱਤੀ ਅੱਠ ਚਾਰ ਲੀਟਰ ਖਾਧਾ ਘੰਟੇ ਦਾ ਚਾਰ ਲੀਟਰ ਚੌਂਤੀ ਲੀਟਰ ਤੇਲ ਬਚਿਆ ਜੀ ਤੇ 38 ਲੀਟਰ ਤੇਲ ਹੀ ਬਾਕੀ ਵੀਡੀਓ ਦੇ ਵੇਖ ਲਓ ਜ਼ੋਰ ਵੀ ਬਹੁਤ ਲਵਾਇਆ 38 ਲੀਟਰ ਤੇਲ ਹੀ 4 ਲੀਟਰ ਖਾ ਗਿਆ ਘੰਟੇ ਦਾ ਮਤਲਬ ਜਿੰਨੀ ਕੁ ਸੋਨਾਲੀਕਾ ਦੀ ਕੰਪਿਊਟਰ ਕਰਾ ਤੇ ਐਵਰੇਜ ਆਉਣ ਡਈ ਉਹਨਾਂ ਕੁ ਤੇਲ ਖਾਣ ਡਿਆ ਹੈਰੋਂ ਤੇ ਆਰਪੀਐਮ 1800 ਤੇ ਵਗਿਆ ਵਿੱਚ ਵਿੱਚ 1700 ਆਰਪੀਐਮ ਤੇ ਰੇਟਰ ਚੱਲਣ ਡਿਆ ਸੀ ਤੇ ਹੈਰੋਂ ਵੀ ਲਗਭਗ ਪੂਰੀ ਖੁੱਲੀ ਆ 2-4 ਘਾਟੀ ਪਿੱਛੇ ਬਾਕੀ ਆ ਤੇ 4 ਲੀਟਰ ਪੂਰਾ 4 ਲੀਟਰ ਤੇਲ ਖਾ ਗਿਆ ਤੇ ਵੀਡੀਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਪਰਫੋਰਮੈਂਸ ਹੈਰੋਂ ਤੇ ਸਵਰਾਜ 855 99 ਦੀ ਹੈਰੋਂ ਤੇ ਵੀਡੀਓ ਚੰਗੀ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਤੇ ਜ਼ਿਆਦਾ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਵੀ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਪੈਲੀ ਦਾਦੇ 3 ਕਿੱਲੇ ਆ ਪੂਰੀ ਅਤੇ 4 ਕੀ 6 ਬਚੇ ਆ ਘੰਟੇ ਦੇ 3 ਕਿੱਲੇ ਕੱਢਣ ਡਿਆ 3 ਕਿੱਲੇ ਪੈਲੀ ਦਾ ਪੂਰਾ ਪਲਾਟ ਹੀ ਵੱਡਾ ਅਤੇ ਇੱਧਰ ਸਾਰੀ ਬਾਕੀ ਆ ਇੰਨਾ ਕੁ ਬਚਿਆ ਬਸ ਅੱਧਾ ਕੁ ਕਿੱਲਾ ਥਾਂ ਬਚਿਆ ਹੋਣਾ ਵਾ ਬਾਕੀ 2.5 ਕਿੱਲੇ ਥਾਂ ਵਾ ਗਿਆ ਘੰਟੇ ਦੇ ਵਿੱਚ ਅਤੇ 4 ਲੀਟਰ ਤੇਲ ਖਾਣ ਡਿਆ ਵਾ 1700 ਆਰਪੀਐਮ 'ਤੇ ਚੱਲਣ ਡਿਆ ਸੀ ਅਤੇ ਉੱਦਾਂ ਜਿਹੜਾ ਨੋਰਮਲ ਟਰੈਕਟਰ ਚੱਲਦਾ ਵਾ 1500-1600 ਆਰਪੀਐਮ 'ਤੇ ਹੈਰੋਂ 'ਤੇ ਅਤੇ 4 ਲੀਟਰ ਤੇਲ ਖਾਣ ਡਿਆ ਉਸ ਹਿਸਾਬ ਨਾਲ ਬਹੁਤ ਹੀ ਵਧੀਆ ਤੇਲ ਖਾਧਾ ਬਹੁਤ ਹੀ ਵਧੀਆ ਪਰਫੋਰਮੈਂਸ ਸਵਰਾਜ 855 ਦੀ ਹੈਰੋਂ 'ਤੇ 99 ਦੀ 'ਤੇ ਅਤੇ ਜ਼ਿਆਦਾ ਜ਼ਿਆਦਾ ਸਪੋਰਟ ਕਰੋ ਹੋਰ ਵੀ ਨਵੀਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਆਪ ਸਾਰਿਆਂ ਦਾ ਰੱਬ ਰਾਖਾ।